ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮਾਲ ਹਲਕਾ ਹੇੜੀ ਕੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਇੱਕ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਨੇ ਇੱਕ ਵਿਅਕਤੀ ਵੱਲੋਂ ਦਿੱਤੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਹੈ। ਰਿਸ਼ਵਤਖੋਰ ਪਟਵਾਰੀ ਇਸ ਘਟਨਾ ਤੋਂ ਬਾਅਦ ਪਛਤਾ ਰਿਹਾ ਹੈ। ਉਹਨੇ ਦੱਸਿਆ ਕਿ ਉਸਨੇ ਇੰਤਕਾਲ ਦਰਜ ਕਰਵਾਉਣ ਲਈ 10,000 ਰੁਪਏ ਦੀ ਮੰਗ ਕੀਤੀ ਹੈ। ਮੇਰੀ ਤਕਦੀਰ ਮਾੜੀ ਸੀ ਜੀ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਕਿਸਮਤ ਮਾੜੀ ਸੀ, ਰਿਟਾਇਰਮੈਂਟ ਦੇ ਮੈਂ ਨੇੜੇ ਆ ਜੀ, ਬੰਦਿਆਂ ਨੇ ਮੈਨੂੰ ਸੱਦ ਕੇ ਉੱਥੇ ਹੋਟਲ 'ਚ ਚਾਹ ਪੀਣ ਗਏ, ਉਹ ਤੋਂ ਬਾਅਦ ਮੈਂ ਮਿਲਦੇ ਹਾਂ। ਮੈਂ ਕੁਛ ਨਹੀਂ ਕਹਿਣਾ। 34-35 ਸਾਲ ਦੀ ਕਿੱਥੇ ਤੁਹਾਡੀ ਪੋਸਟਿੰਗ? ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਤੁਹਾਡੇ ਤੇ ਕੋਈ ਪਹਿਲਾਂ ਕੋਈ ਮੁਕੱਦਮਾ ਦਰਜ? ਕੋਈ ਨਾ, ਪਹਿਲਾਂ ਮੈਂ ਤਾਂ ਰਿਲੀਫ ਕਰਦਾ ਹੁੰਦਾ ਲੋਕਾਂ ਨੂੰ ਵੀ ਸਮਝਾਉਂਦਾ ਹੁੰਦਾ। ਕਿੰਨੇ ਪੈਸੇ ਲੈਤੇ ਨੇ ਹੁਣ ਤੁਸੀਂ? 10,000 ਰੁਪਏ ਦਿੱਤਾ ਜੀ। ਕਿਸ ਕੰਮ ਦੇ ਲੈਤੇ ਨੇ ਤੁਸੀਂ ਪੈਸੇ? ਉਹਨਾਂ ਕੀ ਕੰਮ ਕਰਨਾ ਸੀ ਉਹਨਾਂ ਦਾ? ਸਮਝਦਾ ਮੈਂ ਤਾਂ ਸਮਝ ਹੀ ਨਹੀਂ ਕੀ ਗੱਲ ਆ ਜੀ। ਇੰਤਕਾਲ ਦਰਜ ਕਰਿਆ ਵਾ ਸੀ ਪਹਿਲਾਂ। ਉੱਧਰ ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਤਕਾਲ ਦਰਜ ਕਰਵਾਉਣ ਲਈ ਪਟਵਾਰੀ ਨੇ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਮਿੰਤਾ ਤਰਲੇ ਕਰਨ 'ਤੇ ਪਟਵਾਰੀ 10,000 ਰੁਪਏ ਰਿਸ਼ਵਤ ਲੈਣ ਲਈ ਤਿਆਰ ਹੋ ਗਿਆ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਲੱਗਿਆ ਵਿੱਚ ਪਟਵਾਰੀ, ਇਹ ਇਹਨਾਂ ਨੇ ਮੇਰੇ ਤੋਂ ਇੰਤਕਾਲ ਕਰਵਾਉਣ ਦੇ 10,000 ਰੁਪਏ ਮੰਗਿਆ, 12,000-12,500 ਰੁਪਇਆ। ਕਹਿੰਦਾ ਇੰਤਕਾਲ ਫੇਰ ਕਰੂੰਗਾ ਮੈਂ, ਅੱਜ ਇਹਨੂੰ 10,000 ਰੁਪਇਆ ਦੇ ਕੇ ਅਤੇ ਉਹ ਰੰਗੇ ਹੱਥੀਂ ਫੜਾਇਆ। ਹਾਂਜੀ, ਪਹਿਲਾਂ ਵੀ ਮੈਥੋਂ ਨੇ ਪੈਸੇ ਵਰਤੇ ਨੇ, ਪਹਿਲਾਂ ਵੀ ਲੈ ਕੇ 30-35,000 ਰੁਪਏ ਪਹਿਲਾਂ ਦਿੱਤਾ ਸੀ ਮੈਥੋਂ। ਪੈਸੇ ਤਾਂ ਲਾਲਚੀ ਹੋ ਕੇ ਮੇਰੇ ਘਰ ਤੱਕ ਗੇੜਾ ਵੀ ਦੇਣ ਲੱਗ ਗਿਆ ਸੀ, ਯਾਰ ਦੋਸਤ ਕਰਕੇ ਮੈਥੋਂ ਪੈਸੇ ਖਾਣ ਦਾ ਮਾਰਾ। ਮੇਰੇ ਪਿਓ ਦਾ ਇੰਤਕਾਲ ਕਰਾਂਗਾ ਸੀ, ਚਾਚਾ ਜੀ ਦਾ ਇੰਤਕਾਲ। ਅਸੀਂ ਕਹਿਣਾ ਚਾਹੁੰਦੇ ਜੋ ਸਿਰਪਤ ਤਹਿਸੀਲ 'ਚ ਹੋ ਰਿਹਾ, ਤਹਿਸੀਲਦਾਰ ਵੀ ਸ਼ਰੇਆਮ ਪੈਸੇ ਲੈ ਰਹੇ, ਆਪਦੀ ਰੂਈ ਚਲਾ ਹੀ ਰਹਿ ਰਹੇ, ਵੀ ਪਹਿਲਾਂ ਇੱਕ ਪਟਵਾਰੀ ਹੈ, ਪਹਿਲਾਂ ਬੂਟਾ ਸਿੰਘ ਨੇ ਫੜਾਇਆ ਸੀਗਾ ਅਤੇ ਹੁਣ ਗੁਰਪ੍ਰੀਤ ਨੇ ਫੜਾਤਾ, ਵੀ ਅਸੀਂ ਐਂ ਪਟਵਾਰੀ ਫੜਾਉਂਦੇ ਰਹਾਂਗੇ ਅਤੇ ਐਂ ਦੇ ਸ਼ੁਰੂ ਚਲੀ ਜਾਓ? ਅਸੀਂ DC ਸਾਹਿਬ ਤੋਂ ਮੰਗ ਕਰਾਂਗੇ ਵੀ ਇਹ 'ਤੇ ਕੰਟਰੋਲ ਕਰਨਾ ਚਾਹੀਦਾ। ਵਿਜੀਲੈਂਸ ਨੇ ਰਿਸ਼ਵਤਖੋਰ ਪਟਵਾਰੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।